ਚੋਣਾਂ ਦੇ ਦੌਰਾਨ ਡਿਊਟੀ ਦੇ ਰਹੇ ਇੱਕ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਬੂਥ ਦੇ ਉੱਤੇ ਡਿਊਟੀ ਦੇਣ ਵਾਲੀ ਟੀਮ ਜਦੋਂ ਬੱਸ ਦੇ ਵਿੱਚ ਉਤਰਦੀ ਹੈ ਤਾਂ ਉਤਰਦੇ ਸਾਰ ਹੀ ਇੱਕ ਮੁਲਾਜ਼ਮ ਨੂੰ ਹਾਰਟ ਅਟੈਕ ਆਉਂਦਾ ਹੈ, ਜਿਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਦੁਖਦਾਈ ਖਬਰ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਵਰਿੰਦਰ ਵਜੋਂ ਇਸ ਮੁਲਾਜ਼ਮ ਦੀ ਪਹਿਚਾਣ ਹੋਈ ਹੈ, ਜੋ ਕਿ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਸੋਨੀਪਤ ਦੇ ਇੱਕ ਪਿੰਡ ਦੇ ਵਿੱਚ ਜਦੋਂ ਇਸਦੀ ਇਲੈਕਸ਼ਨ ਡਿਊਟੀ ਲੱਗਦੀ ਹੈ ਤਾਂ ਇਹ ਆਪਣੀ ਟੀਮ ਦੇ ਨਾਲ ਬੱਸ ਦੇ ਵਿੱਚ ਸਵਾਰ ਹੋ ਕੇ ਜਦੋਂ ਬੂਥ 'ਤੇ ਪਹੁੰਚਣ ਵਾਲਾ ਹੀ ਹੁੰਦਾ ਹੈ ਤਾਂ ਬੱਸ ਦੇ ਵਿੱਚ ਹੀ ਇਸਦੀ ਤਬੀਅਤ ਵਿਗੜ ਜਾਂਦੀ ਹੈ। ਕਿਹਾ ਜਾ ਰਿਹਾ ਕਿ ਜਿਵੇਂ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਇਹ ਦਮ ਤੋੜ ਦਿੰਦਾ ਹੈ। ਤਾਂ ਪਰਿਵਾਰਕ ਮੈਂਬਰ ਵੀ ਹੁਣ ਮੌਕੇ ਦੇ ਉੱਤੇ ਪਹੁੰਚੇ ਨੇ। ਦੂਜੇ ਪਾਸੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸੰਭਵ ਮਦਦ ਜੋ ਹੈ ਇਸਦੇ ਪਰਿਵਾਰ ਦੀ ਕੀਤੀ ਜਾਵੇਗੀ। ਜੋ ਵੀ ਮਦਦ ਹਰਿਆਣਾ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਮਿਲਦੀ ਹੋਵੇਗੀ ਉਹ ਵੀ ਇਸ ਨੂੰ ਜ਼ਰੂਰ ਦਵਾਈ ਜਾਵੇਗੀ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇਲੈਕਸ਼ਨ ਦੇ ਦੌਰਾਨ ਡਿਊਟੀ ਕਰਨ ਪਹੁੰਚੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ। ਸਿੱਖਿਆ ਵਿਭਾਗ ਦੇ ਵਿੱਚ ਇਹ ਮੁਲਾਜ਼ਮ ਨੌਕਰੀ ਕਰਦਾ ਹੈ ਅਤੇ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਬੂਥ ਦੇ ਉੱਤੇ ਟੀਮ ਦੇ ਨਾਲ ਪਹੁੰਚਦਾ ਹੈ ਤਾਂ ਉੱਥੇ ਜਾਂਦੇ ਸਾਰ ਹੀ ਇਸਨੂੰ ਹਾਰਟ ਅਟੈਕ ਆ ਜਾਂਦਾ ਹੈ, ਜਿਸ ਦੇ ਕਾਰਨ ਇਸਦੀ ਮੌਤ ਹੋ ਜਾਂਦੀ ਹੈ। ਤਾਂ ਵਰਿੰਦਰ ਵਜੋਂ ਇਸਦੀ ਪਹਿਚਾਣ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਕਿਆ ਲਗਤੇ ਥੇ ਜਿਨਕੀ ਡੈਥ ਹੋਈ ਹੈ? ਕਿਆ ਨਾਮ ਹੈ? ਬਰਿੰਦਰ ਸਿੰਘ। ਅੱਛਾ, ਕੌਨ ਸੀ ਵਿਭਾਗ ਮੇਂ ਤੈਨਾਤ ਥੇ? ਐਜੂਕੇਸ਼ਨ। ਅੱਛਾ, ਡਿਊਟੀ ਲਗੀ ਹੋਈ ਥੀ ਕਿ ਇਲੈਕਸ਼ਨ ਮੇਂ? ਇਲੈਕਸ਼ਨ ਡਿਊਟੀ ਥੀ ਔਰ ਯੇ ਯਹਾਂ ਸੇ ਵਟਿੰਗ ਮਸ਼ੀਨ ਲੇ ਕੇ ਜਾ ਰਹੇ ਥੇ। ਰਸਤੇ ਮੇਂ ਬਸ ਮੇਂ ਚੱਕਰ ਵਗੈਰਾ ਆਇਆ ਔਰ ਫਿਰ ਵਾਪਸ ਲੇ ਕੇ ਹਸਪੀਟਲ ਮੇਂ ਆਏ। ਵਹਾਂ ਆਨੇ ਕੇ ਬਾਅਦ ਸਰੀਰ ਪੂਰਾ ਹੋ ਗਿਆ। कर्मचारी की डेथ हुई है। कल शाम को जैसे ही वो सामान लेके निकले गांव में पहुंचे उसको हार्ट की प्रॉब्लम हुई। उसके बाद हमारी टीम लेके उसको परनामी की, परनामी वालों ने जवाब दिया तो खिम्स में लेके गए थे। माननीय उपायुक्त महोदय ने बात की, हमने बात की और सीएमओ साहब ने बात की, लेकिन वो रिकवरी नहीं कर पाए और शाम को उनकी डेथ हुई है लगभग 9:30 बजे। पोस्टमार्टम करवाया जाए, जो भी फॉर्मेलिटी सरकार की तरफ से है वो सारी की गई। मैंने परिवार से भी बात की है, परिवार के साले से भी बात हुई है। जो हरियाणा गवर्नमेंट की जितनी भी हेल्प है परिवार के साथ हम खड़े हैं और सेंट्रल गवर्नमेंट की तरफ से, इलेक्शन कमीशन की तरफ से भी जो भी है सारी मदद उनको दी जाएगी। बीजेंद्र ये कलर के पद पे बीओ ऑफिस गनौर में तैनात था। हाँ, मैंने डीओ से भी बात की थी, डीओ भी उनके परिवार के साथ, तहसीलदार भी उनके परिवार के साथ मिलके आए हैं वहाँ पे हॉस्पिटल में और हमारा पूरा जो सरकारी तंत्र है उनकी मदद कर रहा है। ਚੋਣਾਂ ਦੇ ਦੌਰਾਨ ਡਿਊਟੀ ਦੇ ਰਹੇ ਇੱਕ ਮੁਲਾਜ਼ਮ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਬੂਥ ਦੇ ਉੱਤੇ ਡਿਊਟੀ ਦੇਣ ਵਾਲੀ ਟੀਮ ਜਦੋਂ ਬੱਸ ਦੇ ਵਿੱਚ ਉਤਰਦੀ ਹੈ ਤਾਂ ਉਤਰਦੇ ਸਾਰ ਹੀ ਇੱਕ ਮੁਲਾਜ਼ਮ ਨੂੰ ਹਾਰਟ ਅਟੈਕ ਆਉਂਦਾ ਹੈ, ਜਿਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਦੁਖਦਾਈ ਖਬਰ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਵਰਿੰਦਰ ਵਜੋਂ ਇਸ ਮੁਲਾਜ਼ਮ ਦੀ ਪਹਿਚਾਣ ਹੋਈ ਹੈ, ਜੋ ਕਿ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਸੋਨੀਪਤ ਦੇ ਇੱਕ ਪਿੰਡ ਦੇ ਵਿੱਚ ਜਦੋਂ ਇਸਦੀ ਇਲੈਕਸ਼ਨ ਡਿਊਟੀ ਲੱਗਦੀ ਹੈ ਤਾਂ ਇਹ ਆਪਣੀ ਟੀਮ ਦੇ ਨਾਲ ਬੱਸ ਦੇ ਵਿੱਚ ਸਵਾਰ ਹੋ ਕੇ ਜਦੋਂ ਬੂਥ 'ਤੇ ਪਹੁੰਚਣ ਵਾਲਾ ਹੀ ਹੁੰਦਾ ਹੈ ਤਾਂ ਬੱਸ ਦੇ ਵਿੱਚ ਹੀ ਇਸਦੀ ਤਬੀਅਤ ਵਿਗੜ ਜਾਂਦੀ ਹੈ। ਕਿਹਾ ਜਾ ਰਿਹਾ ਕਿ ਜਿਵੇਂ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਇਹ ਦਮ ਤੋੜ ਦਿੰਦਾ ਹੈ। ਤਾਂ ਪਰਿਵਾਰਕ ਮੈਂਬਰ ਵੀ ਹੁਣ ਮੌਕੇ ਦੇ ਉੱਤੇ ਪਹੁੰਚੇ ਨੇ। ਦੂਜੇ ਪਾਸੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸੰਭਵ ਮਦਦ ਜੋ ਹੈ ਇਸਦੇ ਪਰਿਵਾਰ ਦੀ
ਕੀਤੀ ਜਾਵੇਗੀ। ਜੋ ਵੀ ਮਦਦ ਹਰਿਆਣਾ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਮਿਲਦੀ ਹੋਵੇਗੀ ਉਹ ਵੀ ਇਸ ਨੂੰ ਜ਼ਰੂਰ ਦਵਾਈ ਜਾਵੇਗੀ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇਲੈਕਸ਼ਨ ਦੇ ਦੌਰਾਨ ਡਿਊਟੀ ਕਰਨ ਪਹੁੰਚੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ। ਸਿੱਖਿਆ ਵਿਭਾਗ ਦੇ ਵਿੱਚ ਇਹ ਮੁਲਾਜ਼ਮ ਨੌਕਰੀ ਕਰਦਾ ਹੈ ਅਤੇ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਬੂਥ ਦੇ ਉੱਤੇ ਟੀਮ ਦੇ ਨਾਲ ਪਹੁੰਚਦਾ ਹੈ ਤਾਂ ਉੱਥੇ ਜਾਂਦੇ ਸਾਰ ਹੀ ਇਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਜਿਸ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ। ਤਾਂ ਵਰਿੰਦਰ ਵਜੋਂ ਇਸ ਦੀ ਪਹਿਚਾਣ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ। ਕਿਆ ਲਗਤੇ ਥੇ ਜਿਨਕੀ ਡੈਥ ਹੋਈ ਹੈ? ਕਿਆ ਨਾਮ ਹੈ? ਵਰਿੰਦਰ ਸਿੰਘ। ਕੌਣ ਵਿਭਾਗ ਮੇਂ ਤੈਨਾਤ ਥੇ? ਅੱਛਾ, ਡਿਊਟੀ ਲਗੀ ਹੋਈ ਥੀ ਕਿ ਇਲੈਕਸ਼ਨ ਮੇਂ? ਇਲੈਕਸ਼ਨ ਡਿਊਟੀ ਥੀ ਔਰ ਯੇ ਯਹਾਂ ਸੇ ਵਤਨ ਸਿੰਘ ਲੇ ਕੇ ਜਾ ਰਹੇ ਥੇ ਰਸਤੇ ਮੇਂ ਬਸ ਮੇਂ ਚੱਕਰ ਵਗੈਰਾ ਆਇਆ ਔਰ ਫਿਰ ਵਾਪਸ ਲੇ ਕੇ ਹਸਪੀਟਲ ਮੇਂ ਆਏ ਆਣੇ ਕੇ ਬਾਅਦ ਸਵੇਰ ਪੂਰਾ ਹੋ ਗਿਆ। कर्मचारी की डेथ हुई है। कल शाम को जैसे ही वो सामान लेके निकले गांव में पहुंचे उसको हार्ट की प्रॉब्लम हुई। उसके बाद हमारी टीम लेके उसको परनामी की, परनामी वालों ने जवाब दिया तो खिम्स में लेके गए थे। माननीय उपायुक्त महोदय ने बात की, हमने बात की और सीएमओ साहब ने बात की, लेकिन वो रिकवरी नहीं कर पाए और शाम को उनकी डेथ हुई है लगभग 9:30 बजे। पोस्टमार्टम करवाया जाए, जो भी फॉर्मेलिटी सरकार की तरफ से है वो सारी की गई। मैंने परिवार से भी बात की है, परिवार के साले से भी बात हुई है। जो हरियाणा गवर्नमेंट की जितनी भी हेल्प है परिवार के साथ हम खड़े हैं और सेंट्रल गवर्नमेंट की तरफ से, इलेक्शन कमीशन की तरफ से भी जो भी है सारी मदद उनको दी जाएगी। बीजेंद्र ये कलर के पद पे डीओ ऑफिस गनौर में तैनात था। हाँ, मैंने डीओ से भी बात की थी, डीओ भी उनके परिवार के साथ, तहसीलदार भी उनके परिवार के साथ मिल के आए हैं वहाँ पे हॉस्पिटल में और हमारा पूरा जो सरकारी तंत्र है उनकी मदद कर रहा है।